ਇਹ ਵੀਡੀਓ ਦੇਖ ਰਹੇ ਜੀ ਸਾਰੇ ਸੰਸਾਰ ਦੇ ਵਿੱਚ ਸਾਰੇ ਸਿੱਖ ਵੀਰਾਂ ਭੈਣਾਂ ਦਾ ਸਾਰਿਆਂ ਨੂੰ ਅਸੀਂ ਇਹ ਖੁਸ਼ੀ ਦਾ ਇਹ ਜਿਹੜਾ ਮੌਕਾ ਹੈ ਉਹਦਾ ਪ੍ਰਗਟਾਵਾ ਕਰ ਰਹੇ ਹਾਂ ਜੀ ਕਿ ਅੱਜ ਸਾਡੇ ਵਿੱਚ ਸੰਤ ਬਾਬਾ ਬਲਬੀਰ ਸਿੰਘ ਜੀ ਸਿੱਚੇਵਾਲ ਜੀ ਪਹੁੰਚੇ ਨੇ ਜਿਨ੍ਹਾਂ ਨੇ ਇਸ ਬਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਗ ਦੀ ਤੀਸਰੀ ਜਿਹੜੀ ਵਰ੍ਹੇਗੰਢ ਮਨਾਉਂਦੇ ਹਾਂ ਅਸੀਂ ਜੋ ਇਹ ਜਸ਼ਨ ਕੀਤਾ ਉਹਦੇ ਵਿੱਚ ਇਹ ਸ਼ਾਮਿਲ ਹੋਏ ਇਹਨਾਂ ਨੇ ਆਸ਼ੀਰਵਾਦ ਦਿੱਤਾ। ਈਕੋ ਸਿੱਖ ਦਾ ਜਿਹੜਾ 2009 ਦੇ ਵਿੱਚ ਸ਼ੁਰੂਆਤ ਹੋਈ ਸੀ ਉਹਦੇ ਵਿੱਚ ਵੀ ਇਹ ਸਾਡੇ ਨਾਲ ਵਿੰਡਸਰ ਕਾਸਲ ਦੇ ਵਿੱਚ ਇੰਗਲੈਂਡ ਦੀ ਰਾਣੀ ਦੇ ਘਰ ਦੇ ਵਿੱਚ ਜਿੱਥੇ ਜਾ ਕੇ ਇਹਦਾ ਪ੍ਰਗਟਾਵਾ ਕੀਤਾ ਗਿਆ ਸੀ ਉਹਦੇ ਵਿੱਚ ਇਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਸੀ। ਸੋ ਬੜੇ ਲੰਮੇ ਸਮੇਂ ਤੋਂ ਇਹਨਾਂ ਨੇ ਪੰਜਾਬ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਇਹ ਜੁਝਾਰੂ ਬਣ ਕੇ ਇਹਨਾਂ ਨੇ ਦੁਨੀਆ ਦੇ ਵਿੱਚ ਇੱਕ ਨਵੀਂ ਇਗਜ਼ਾਮਪਲ ਪੇਸ਼ ਕੀਤੀ ਹੈ ਜਿਹੜੀ ਕਿ ਹੋਰ ਦੁਨੀਆ 'ਤੇ ਤੁਹਾਨੂੰ ਕਿਤੇ ਨਹੀਂ ਮਿਲਦੀ। ਸੋ ਅਸੀਂ ਬਹੁਤ ਹੀ ਇਹ ਸਾਡਾ ਹਿਰਦਾ ਇਸ ਵੇਲੇ ਗਦਗਦ ਕਰ ਰਿਹਾ, ਖੁਸ਼ੀਆਂ ਨਾਲ ਭਰਿਆ ਕਿ ਸਾਡੇ ਵਿੱਚ ਜਿਹੜੇ ਇਹੋ ਜਿਹੇ ਮਹਾਂਪੁਰਸ਼ ਸ਼ਾਮਿਲ ਹੋਏ ਨੇ ਜਿਨ੍ਹਾਂ ਨੇ ਸਾਨੂੰ ਅਸੀਸ ਦਿੱਤੀ ਹੈ ਅਤੇ ਨਾਲ ਹੀ ਅਸੀਂ ਇਹਨਾਂ ਦੇ ਕਮਲਾਂ ਰਾਹੀਂ ਇਹ ਜਿਹੜਾ ਬੋਰਡ ਹੈ ਜਿਹੜਾ ਕਿ ਅਸੀਂ ਇੱਥੇ 6000 ਰੁੱਖਾਂ ਦਾ ਜੰਗਲ ਲਗਾਇਆ ਗੁਰੂ ਨਾਨਕ ਪਵਿੱਤਰ ਜੰਗਲ, ਉਹਦੇ ਵਿੱਚ ਜਿਹੜੀਆਂ 45 ਸਪੀਸ਼ੀਜ਼ ਨੇ ਪ੍ਰਜਾਤੀਆਂ ਦੇ ਰੁੱਖਾਂ ਦਾ ਜਿਹੜਾ ਨਾਮ ਹੈ ਤਾਂ ਕਿ ਆਉਣ ਵਾਲੀ ਪਨੀਰੀ ਨੂੰ ਪਤਾ ਲੱਗੇ ਕਿ ਪੰਜਾਬ ਦੇ ਲੋਕ ਰੁੱਖ ਸਿਰਫ ਵੱਢਦੇ ਨਹੀਂ ਹੈਗੇ, ਰੁੱਖ ਲਗਾਉਂਦੇ ਵੀ ਨੇ ਅਤੇ ਰੁੱਖਾਂ ਨੂੰ ਪ੍ਰਜ਼ਰਵ ਵੀ ਕਰਦੇ ਨੇ। ਸੋ ਅਸੀਂ ਇੱਕ ਨਵੀਂ ਪਿਰਤ ਪਾ ਕੇ ਦਿਖਾਉਣਾ ਚਾਹੁੰਦੇ ਕਿ ਇਹ ਵੀ ਪੰਜਾਬ ਹੈਗਾ। ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਬਾਬਾ ਜੀ ਪਹੁੰਚੇ ਨੇ। ਬਾਬਾ ਜੀ 2 ਮਿੰਟ ਤੁਸੀਂ ਵੀ ਆਸ਼ੀਰਵਾਦ ਦੇ ਦਿਓ ਜੀ ਸਾਰੀ ਦੁਨੀਆ ਦੇ ਸਿੱਖਾਂ ਨੂੰ।